विद और विदाउट आईएलटीएस दा की प्रोविजन है जी की प्रोसेस से होगा देखो विदाउट आईएलटीएस ते विद आईएलटीएस इदे विच वखरा की है जी ते देखो जे आपां पंजाब स्कूल एजुकेशन बोर्ड तो सिक्ख्या लई आ प्लस टू कीती आ तां यूके सानू आईएलटीएस वेव ऑफ कर रहा ना कि इंग्लिश वेव ऑफ कर रहा तो सो इसलिए सानू यह समझना बहुत जरूरी है कि घट्टो घट 75-80% मार्क्स जो प्लस टू के इंग्लिश सबजैक्ट है वो स्टूडेंट्स बिना आईएलटीएस तो अपलाई कर सकते साडा मनोरथ यही है कि बच्चों का अपना कैरियर बिल्ड करना है जी उन्होंने चंगा फ्यूचर देना है तो उन्होंने जिस भी कंट्री चो सैटल होना चाहते हैं चाहे वो चंगे जीवन की आस के लिए वो बाहर जाते हैं तो यही साडा मनोरथ है कि उन्होंने उन्होंने कैरियर इनहेंस किया जाए पंजाब बोर्ड तो कि मिले उन्हें अंदर एक डर होर बनिया रहा है कि यार CBSE वाले साढ़े तो थोड़े अगे आ ਜਿਹੜੇ ਪੰਜਾਬ ਬੋਰਡ ਦੇ ਬੱਚੇ ਇੱਥੇ ਆਉਂਦੇ ਆ ਉਹਨਾਂ ਦੇ ਡਰ ਨੂੰ ਫਿਰ ਕਿਵੇਂ ਦੂਰ ਕਰਦੇ ਹੋ ਸਰ ਉਹਨਾਂ ਲਈ ਪਹਿਲਾਂ ਸਪੈਸ਼ਲੀ ਗ੍ਰਾਮਰ ਕਲਾਸਿਸ ਹੁੰਦੀਆਂ ਉਹਨਾਂ ਨੂੰ ਐਕਸਟਰਾ ਕਲਾਸਿਸ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਅਗਰ ਉਹ ਬੱਚੇ ਦੇ ਇੱਕ ਰਿਕੁਆਇਰਮੈਂਟ ਹੈ ਕਿ ਸਾਨੂੰ ਅਲੱਗ ਤੋਂ ਕਲਾਸ ਚਾਹੀਦੀ ਹੈ ਦੈਨ ਅਲੱਗ ਤੋਂ ਇੱਕ ਸੈਸ਼ਨਸ ਹੁੰਦਾ ਉਹਨਾਂ ਦੇ ਸੋ ਉਹਨਾਂ ਤੇ ਪੂਰਾ ਫੋਕਸ ਕੀਤਾ ਜਾਂਦਾ ਆਫਰ ਲੈ ਕੇ ਨਵੀਂ ਓਪਰਚੁਨਿਟੀ ਲੈ ਕੇ ਆ ਜਿਹੜੇ ਬੱਚੇ ਇੱਥੇ ਨਹੀਂ ਵੀ ਪੜ੍ਹਦੇ ਉਹ ਕਿਹੜੀ ਓਪਰਚੁਨਿਟੀ ਆ ਸਰ ਉਹ ਇਹ ਓਪਰਚੁਨਿਟੀ ਹੈ ਕਈ ਵਾਰ ਬੱਚਾ ਹੁੰਦਾ ਹੈ ਕਿ ਘਰ ਬੈਠ ਕੇ ਤਿਆਰੀ ਕਰ ਰਿਹਾ ਹੈ ਜਾਂ ਕਿਸੇ ਹੋਰ ਇੰਸਟੀਟਿਊਟ ਦੇ ਵਿੱਚ ਕਰ ਰਿਹਾ ਹੈ ਦੈਨ ਉਹ ਆਪਣੀ ਕੈਪੇਬਿਲਟੀ ਚੈੱਕ ਕਰਨਾ ਚਾਹੁੰਦਾ ਹੈ ਕਿ ਕਿਆ ਮੈਂ ਆਪਣੇ ਐਗਜ਼ਾਮ ਲਈ ਤਿਆਰ ਹਾਂ ਸੋ ਅਸੀਂ ਉਹ ਪ੍ਰੋਵੀਜ਼ਨ ਜਿਹੜੀ ਹੈ ਪ੍ਰੋਵਾਈਡ ਕਰ ਰਹੇ ਹਾਂ ਬੱਚਿਆਂ ਨੂੰ ਉਹਨਾਂ ਨੂੰ ਕਿ ਉਹ ਇੱਥੇ ਆ ਕੇ ਸੈਟਰਡੇ ਨੂੰ ਮੌਕ ਟੈਸਟ ਦੇ ਸਕਦੇ ਹਾਂ ਫ੍ਰੀ ਆਫ ਕਾਸਟ ਕਹਿੰਦੇ ਹੋ ਪ੍ਰਤੀਤ ਹੋ ਰਿਹਾ ਹੈ ਕਿ ਪੰਜਾਬ ਵਿੱਚ ਨੌਜਵਾਨਾਂ ਦਾ ਕੁਝ ਨਹੀਂ ਹੋਣਾ ਇੰਜ ਜਾਪ ਰਿਹਾ ਜਿਵੇਂ ਹੱਥਾਂ ਵਿੱਚ ਕਿਰਦੀ ਜਾ ਰਹੀ ਹੈ ਸੈਂਡ ਜੀ ਇਸੇ ਕਰਕੇ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਅਤੇ ਇੰਗਲੈਂਡ ਜੀ ਪਰ ਜੇਕਰ ਤੁਸੀਂ ਆਪਣੇ ਸੁਪਨਿਆਂ ਨੂੰ ਪ੍ਰਵਾਸ ਦੇਣਾ ਚਾਹੁੰਦੇ ਹੋ ਆਪਣੇ ਸੁਪਨਿਆਂ ਨੂੰ ਉਡਾਨ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਲੈਣੇ ਪੈਣਗੇ ਚੰਗੇ ਬੈਂਡ ਜੀ ਸਭ ਤੋਂ ਪਹਿਲਾਂ ਲੈਣੇ ਪੈਣਗੇ ਚੰਗੇ ਬੈਂਡ ਜੀ ਪਿਵਤੀ ਨਵਾਂਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਔਰ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜੀ ਕੰਗਾਰੂ ਅਬਰੋਡ ਆਇਲ ਸੈਂਟਰ ਅਤੇ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਆਫਿਸ ਵਿੱਚ ਅਗਰ ਇਹਨਾਂ ਦੀ ਗੱਲਬਾਤ ਕਰੀਏ ਕੰਗਾਰੂ ਅਬਰੋਡ ਬਾਰੇ ਗੱਲਬਾਤ ਕਰੀਏ ਤਾਂ ਪਿਛਲੇ 13 ਸਾਲਾਂ ਤੋਂ ਇਹ ਆਪਣੀ ਸਰਵਿਸਿਜ਼ ਦੇ ਰਹੇ ਨੇ ਲੇਕਿਨ ਪਹਿਲਾਂ ਇਹਨਾਂ ਦਾ ਆਫਿਸ ਨਵਾਂਸ਼ਹਿਰ ਬੱਸ ਅੱਡੇ ਦੇ ਨਜ਼ਦੀਕ ਸੀ ਜੋ ਕਿ ਹੁਣ ਬਦਲ ਕੇ ਨਵਾਂਸ਼ਹਿਰ ਚੰਡੀਗੜ੍ਹ ਰੋਡ ਰਾਜਾ ਹਸਪੀਟਲ ਦੇ ਨਜ਼ਦੀਕ ਆ ਗਿਆ ਕਿਉਂਕਿ ਇਹ ਆਫਿਸ ਵੱਡਾ ਵੀ ਬਹੁਤ ਹੈ ਪਾਰਕਿੰਗ ਦੀ ਫੈਸਿਲਿਟੀ ਬਹੁਤ ਹੈ ਔਰ ਵੱਖ ਵੱਖ ਕਲਾਸਿਸ ਜਿਹੜੀਆਂ ਇੱਥੇ ਦਿੱਤੀਆਂ ਜਾਂਦੀਆਂ ਜਿਵੇਂ ਕਿ ਆਇਲਸ ਦੀ ਕਲਾਸ ਸਪੋਕਨ ਇੰਗਲਿਸ਼ PTE ਸਪੈਸ਼ਲ ਗ੍ਰਾਮਰ ਕਲਾਸ 1-to-1 ਸੈਕਸ਼ਨ ਦਿੱਤਾ ਜਾਂਦਾ ਤਾਂ ਇਹਦੇ ਕਰਕੇ ਇਹਨਾਂ ਨੂੰ ਵੱਡੀ ਸਪੇਸ ਦੀ ਰਿਕੁਆਇਰਮੈਂਟ ਸੀ ਲੇਕਿਨ ਜੇ ਮੈਂ ਬੱਚਿਆਂ ਦੀ ਗੱਲ ਕਰਾਂ ਤਾਂ ਬੱਚੇ ਕਈ ਵੇਲੇ ਐਕਸਾਈਟਡ ਵੀ ਹੋ ਜਾਂਦੇ ਆ ਅਤੇ ਨਾਲ ਦੇ ਨਾਲ ਥੋੜ੍ਹੇ ਕਨਫਿਊਜ਼ ਵੀ ਹੋ ਜਾਂਦੇ ਕਿਉਂਕਿ ਬਹੁਤ ਸਾਰੀਆਂ ਹੋਲਡਿੰਗਸ ਜਦੋਂ ਪੜ੍ਹਦੇ ਆ ਤਾਂ ਬੱਚਿਆਂ ਨੂੰ ਵਰਡਿਕਟ ਲੈਣਾ ਫੈਸਲਾ ਲੈਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿੱਥੇ ਜਾ ਕੇ ਐਡਮਿਸ਼ਨ ਲਈਏ ਔਰ ਤੁਹਾਡੀ ਇਹੀ ਦੁਵਿਧਾ ਇਹੀ ਪਰੇਸ਼ਾਨੀ ਅਸੀਂ ਦੂਰ ਕਰਨੀ ਹੈ ਕਿਉਂਕਿ ਕੰਗਾਰੂ ਅਬਰੋਡ ਆਇਲ ਸੈਂਟਰ ਜਿਹੜਾ ਆ ਨਵੇਂ ਸ਼ਹਿਰ ਵਿੱਚ ਵਨ ਆਫ ਦਾ ਪ੍ਰੋਮੀਨੈਂਟ ਵਨ ਆਫ ਦਾ ਬੈਸਟ ਆਈਲੈਟ ਸੈਂਟਰ ਕਿਹਾ ਜਾਂਦਾ ਔਰ ਇੱਥੇ ਦੀ ਬਹੁਤ ਵੱਡੀ ਸਕਸੈਸ ਸਟੋਰੀ ਦੀ ਲਿਸਟ ਹੈ ਥਾਊਜ਼ੈਂਡਸ ਆਫ ਵੀਜ਼ਾਸ ਲਗਵਾ ਚੁੱਕੇ ਆ ਥਾਊਜ਼ੈਂਡਸ ਆਫ ਸਟੂਡੈਂਟਸ ਦੇ ਗੁੱਡ ਬੈਂਡ ਆ ਚੁੱਕੇ ਆ ਬੈਸਟ ਬੈਂਡ ਆ ਚੁੱਕੇ ਆ 7.5-8 ਬੈਂਡ ਆ ਚੁੱਕੇ ਆ ਤਾਂ ਅੱਜ ਤੁਹਾਨੂੰ ਇੱਕ 8 ਬੈਂਡ ਵਾਲੇ ਮੈਡਮ ਨਾਲ ਵੀ ਮਿਲਾਉਣਾ ਹੈ ਔਰ ਅੰਦਰਲਾ ਪੂਰਾ ਮਾਹੌਲ ਵੀ ਦਿਖਾਉਣਾ ਕਿ ਤੁਸੀਂ ਇੱਥੇ ਆ ਕੇ ਪੈਸੇ ਖਰਚ ਕੇ ਬੈਸਟ ਤੁਹਾਨੂੰ ਰਿਜ਼ਲਟ ਜਿਹੜਾ ਜ਼ਰੂਰ ਮਿਲੇਗਾ ਤਾਂ ਉਹ ਅੰਦਰ ਚੱਲਦੇ ਆ ਜੇ ਇੱਥੋਂ ਦੇ ਐਂਬੀਅੰਸ ਦੀ ਐਟਮੋਸਫੇਅਰ ਮਾਹੌਲ ਦੀ ਗੱਲ ਕਰੀਏ ਤਾਂ ਬਹੁਤ ਪੀਸਫੁੱਲ ਹੈ ਬਹੁਤ ਸੂਦਿੰਗ ਹੈ ਬਹੁਤ ਕਾਮ ਹੈ ਮੋਰਓਵਰ ਇੱਥੋਂ ਦੇ MD ਸਰਦਾਰ ਰਜਿੰਦਰ ਸਿੰਘ ਅਤੇ ਆਇਲਸ ਟਿਊਟਰ ਜਸਪ੍ਰੀਤ ਕੌਰ ਜੀ ਨਾਲ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਦੇ ਹਾਂ ਇੱਥੋਂ ਦੇ ਆਇਲਸ ਕਲਾਸਿਸ ਵੱਲ ਬਿਗਨਰ ਕਲਾਸਿਸ ਵੱਲ ਐਡਵਾਂਸ ਕਲਾਸਿਸ ਵੱਲ PT ਕਲਾਸ ਵੱਲ ਅਤੇ 1-to-1 ਸੈਕਸ਼ਨ ਵੱਲ ਆਓ ਉਸ ਪਾਸੇ ਚੱਲਦੇ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਸਪੋਕਨ ਕਲਾਸ ਦੇ ਅੰਦਰ ਕਿਹੋ ਜਿਹਾ ਮਾਹੌਲ ਹੈ ਪਰ ਸਾਇਲੈਂਟਲੀ ਆਰਟੀਕਲਸ ਦੇ ਵਿੱਚ 3 ਵਰਡਸ ਕਾਊਂਟ ਹੁੰਦੇ ਹੈ ਅ ਐਂਡ ਦ ਅ ਦਾ ਯੂਜ਼ ਆਪਾਂ ਕਿਹਦੇ ਕਿਹਦੇ ਨਾਲ ਕਰਦੇ ਹਾਂ ਕੌਨਸੋਨੈਂਟਸ ਨਾਲ ਠੀਕ ਹੈ ਅਤੇ ਐਂਡ ਦਾ ਯੂਜ਼ ਵੋਵਲਸ ਦੇ ਵਿੱਚ ਕਿਹੜੇ ਕਿਹੜੇ ਵਰਡਸ ਇੰਕਲੂਡ ਹੁੰਦੇ ਹੈ
ਤੇ ਜਿਹੜੇ ਬਾਕੀ ਦੇ ਵਰਡਸ ਰਹਿ ਗਏ ਉਹ ਆਪਾਂ ਇਸ ਆਈਲੈਟਸ ਸੈਂਟਰ ਦੀ ਗੱਲ ਮੈਨੂੰ ਬੜੀ ਖਾਸ ਲੱਗੀ ਕਿ ਜਦੋਂ ਬੱਚੇ ਐਡਮਿਸ਼ਨ ਲੈਂਦੇ ਆ ਉਹਨਾਂ ਨੂੰ ਸਿੱਧਾ ਹੀ ਇਹ ਐਡਵਾਂਸ ਕਲਾਸ ਵਿੱਚ ਸ਼ਿਫਟ ਨਹੀਂ ਕਰਦੇ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਸਪੋਕਨ ਕਲਾਸ ਦਿਖਾਈ ਆ ਹੁਣ ਦਿਖਾਵਾਂਗੇ ਬਿਗਨਰਸ ਕਲਾਸ ਕਿਉਂਕਿ ਜਿਹੜੇ ਬੱਚੇ ਥੋੜ੍ਹੇ ਵੀਕ ਹੁੰਦੇ ਆ ਪਹਿਲਾਂ ਉਹਨਾਂ ਨੂੰ ਇਸ ਸਪੈਸੀਫਿਕ ਤਿਆਰੀ ਕਰਾਉਂਦੇ ਆ ਤਾਂ ਜੋ ਉਹ ਐਡਵਾਂਸ ਕਲਾਸ ਵਿੱਚ ਜਾ ਕੇ ਕਿਤੇ ਪਿਛੜੇ ਹੋਏ ਮਹਿਸੂਸ ਨਾ ਕਰਨ ਆਓ ਇੱਕ ਵਾਰ ਦੇਖਦੇ ਹਾਂ ਬਿਗਨਰ ਕਲਾਸ ਦੇ ਅੰਦਰ ਕੀ ਚੱਲ ਰਿਹਾ ਓਕੇ ਗਾਈਜ਼ ਲਾਈਕ ਜਿੱਦਾਂ ਤੁਹਾਡੇ ਕੋਲ ਰਾਈਟਿੰਗ ਟਾਸਕ 2 ਹੈਗੇ ਆ ਸੋ ਰਾਈਟਿੰਗ ਟਾਸਕ 2 ਆਲਰੇਡੀ ਐਕਸਪਲੇਨ ਕੀਤਾ ਹੋਇਆ ਕਿ ਕਿਹੜੇ ਕਿਹੜੇ ਆਪਾਂ ਨੂੰ ਸੈਕਸ਼ਨਸ ਚਾਹੀਦੇ ਹੈਗੇ ਆ ਸੋ ਓਬਵੀਅਸਲੀ ਜਦ ਕੋਈ ਵੀ ਰਾਈਟਿੰਗ ਟਾਸਕ 2 ਕਰਨਾ ਆਪਾਂ ਨੂੰ ਤੇ ਆਲਵੇਜ਼ ਸਟਾਰਟ ਵਿਦ ਦ ਇੰਟਰੋਡਕਸ਼ਨ ਇੰਟਰੋਡਕਸ਼ਨ ਦੇ ਵਿੱਚ ਕੀ ਕਰਨਾ ਹੁੰਦਾ ਕਿ ਜੋ ਆਪਾਂ ਨੂੰ ਕੁਐਸਚਨ ਗਿਵਨ ਹੁੰਦਾ ਉਹਦਾ ਆਪਾਂ ਨੇ ਓਵਰਵਿਊ ਦੇਣਾ ਹੁੰਦਾ ਠੀਕ ਹੈ ਤਾਂ ਕੁਐਸਚਨ ਦੀ ਡਿਮਾਂਡ ਨੂੰ ਕੀ ਹੁੰਦਾ ਸੋ ਓਬਵੀਅਸ ਹੋਏਗੀ ਇੰਟਰੋਡਕਸ਼ਨ ਦੇ ਵਿੱਚ ਪਹਿਲਾਂ ਆਪਾਂ ਰੀਫਰੇਜ਼ਿੰਗ ਕਰਾਂਗੇ ਰੀਫਰੇਜ਼ ਕੀ ਹੁੰਦਾ ਕਿ ਜੋ ਵੀ ਕੁਐਸਚਨ ਹੁੰਦਾ ਹੈਗਾ ਉਹਨੂੰ ਆਪਣੇ ਵਰਡਸ ਦੇ ਵਿੱਚ ਲਿਖਣਾ ਹੁੰਦਾ ਬਟ ਉਹਦਾ ਜਿਹੜਾ ਮੀਨਿੰਗ ਆ ਉਹ ਸੇਮ ਐਕਸਪਲੇਨ ਕੀਤਾ ਗਿਆ ਸੀ ਉਸੇ ਆਰਡਰ ਦੇ ਵਿੱਚ ਆਪਾਂ ਨੇ ਲਿਖਣਾ ਆਪਾਂ ਆਰਡਰ ਸ਼ਫਲ ਨਹੀਂ ਕਰ ਸਕਦੇ ਕੋਈ ਵੀ ਸੋ ਰਾਈਟ ਐਜ਼ ਪਰ ਦ ਡਿਮਾਂਡ ਆਫ ਦ ਕੁਐਸਚਨ ਜੋ ਆਪਾਂ ਨੂੰ ਬੋਡੀ ਪਾਰਟ 1 ਐਂਡ ਬੋਡੀ ਪਾਰਟ 2 ਬਣਾਵਾਂਗੇ ਸੋ ਥੀਸਿਸ ਸਟੇਟਮੈਂਟ ਕੀ ਪਰਫਾਰਮ ਕਰ ਰਹੀ ਹੈ ਦੈਟ ਮੀਨਸ ਜੋ ਆਪਾਂ ਬੋਡੀ ਪਾਰਟ 1 ਐਂਡ ਬੋਡੀ ਤਾਂ ਬਿਗਨਰਸ ਕਲਾਸ ਵਿੱਚ ਦੇਖਿਆ ਕਿ ਅਸੀਂ ਸਰ ਰਾਈਟਿੰਗ ਦੇ ਟਿਪਸ ਐਂਡ ਟ੍ਰਿਕਸ ਬੱਚਿਆਂ ਨੂੰ ਸਮਝਾ ਰਹੇ ਸੀ ਤਾਂ ਹੁਣ ਵਾਰੀ ਹੈ ਐਡਵਾਂਸ ਕਲਾਸ ਦੀ ਇੱਥੇ ਦੇਖਦੇ ਹਾਂ ਕਿ ਅੰਦਰ ਕਿਹੜੇ ਟਿਪਸ ਐਂਡ ਟ੍ਰਿਕਸ ਜਿਹੜੇ ਇੱਥੇ ਦੇ ਟਿਊਟਰ ਆ ਬੱਚਿਆਂ ਨੂੰ ਸਿਖਾ ਰਹੇ ਨੇ ਨਾਓ ਵੀ ਵਿਲ ਹੋਲਡ ਅ ਡਿਬੇਟ ਔਨ ਦ ਟੋਪਿਕ ਹੋਮਵਰਕ ਸ਼ੁੱਡ ਬੀ ਬੈਨਡ ਇਨ ਦ ਸਕੂਲਸ ਸੋ ਦਿਸ ਸਾਈਡ ਆਫ ਸਟੂਡੈਂਟਸ ਵਿਲ ਅਗਰੀ ਵਿਦ ਦ ਸਟੇਟਮੈਂਟ ਐਂਡ ਦਿਸ ਸਾਈਡ ਆਫ ਸਟੂਡੈਂਟਸ ਵਿਲ ਡਿਸਅਗਰੀ ਵਿਦ ਦ ਸਟੇਟਮੈਂਟਸ ਨਾਓ ਵੀ ਵਿਲ ਡਿਸਕਸ ਬੋਥ ਪੁਆਇੰਟ ਆਫ ਵਿਊਜ਼ ਇਟ ਮਸਟ ਬੀ ਬੈਨਡ ਬਿਕੋਜ਼ ਸਟੂਡੈਂਟਸ ਆਲਰੇਡੀ ਹੈਵ ਦ ਬਰਡਨਸ ਆਫ ਦੇਅਰ ਸਟੱਡੀਜ਼ ਦੈਟਸ ਵਾਈ ਇਟ ਸ਼ੁੱਡ ਬੀ ਬੈਨਡ No, I disagree with you because most of the children and their leisure time on their these kind of activities like one as the and as well as the computer games. So well, to be honest, homework is a predominant role in every student's life. Advanced class ਦੇ ਅੰਦਰ ਤਾਂ ਬਹੁਤ ਹੈਲਦੀ ਡਿਬੇਟ ਚੱਲ ਰਹੀ ਹੈ ਮੈਨੂੰ ਲੱਗਦਾ ਸੀ ਇਹਨੂੰ ਡਿਸਟਰਬ ਨਾ ਕਰੀਏ ਤੇ ਅਸੀਂ ਉਧਰ ਚੱਲਦੇ ਕਿਤੇ 1 to 1 ਸੈਕਸ਼ਨ ਚੱਲ ਰਿਹਾ Here is your cue card and you have to prepare it first and then you have to speak for 1 or 2 minutes, okay? Now it's the time for your follow-up question. Your first question is, how can parents help children to be organized? Well, according to me, parents help their children with a different way. Speaking which 1-to-1 section bought vital role play karda hai kyunki bacche di hesitation nu inhabilitation nu remove karda te bacche nu boost karda stimulate karda ta jo acche band score kar sake aur itthe bhi bahut acha speaking section 1-to-1 section chal raha hai ਨੋਰਮਲੀ ਅਸੀਂ ਦੇਖਦੇ ਹਾਂ ਕਿ ਹੋਲਡਿੰਗਸ ਦੇ ਉੱਤੇ ਪੀ ਟੀ ਦੇ ਸੈਕਸ਼ਨ ਬਾਰੇ ਐਡਵਰਟੀਜ਼ਮੈਂਟ ਕੀਤੀ ਹੁੰਦੀ ਹੈ ਲੇਕਿਨ ਆਇਲ ਸੈਂਟਰ ਦੇ ਅੰਦਰ ਪੀ ਟੀ ਕਲਾਸ ਕਈ ਵਾਰੀ ਨਹੀਂ ਮਿਲਦੀ ਲੇਕਿਨ ਅਸੀਂ ਕੰਗਾਰੂ ਅਬਰੋਡ ਆਉਂਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਚਾ ਖਚ ਕਲਾਸ ਭਰੀ ਹੋਈ ਹੈ ਅਤੇ ਬੱਚੇ ਬੜੀ ਡੈਡੀਕੇਸ਼ਨ ਨਾਲ ਪੀ ਟੀ ਕਲਾਸ ਨੂੰ ਅਟੈਂਡ ਕਰ ਰਹੇ ਹੈ ਤਾਂ ਇਸ ਸਮੇਂ ਸਾਡੇ ਨਾਲ ਇੱਥੋਂ ਦੇ ਸੀਨੀਅਰ ਆਇਲਸ ਟ੍ਰੇਨਰ ਜਸਪ੍ਰੀਤ ਕੌਰ ਮੈਮ ਨਾਲ ਨੇ ਔਰ ਮੈਮ ਦੀ ਜੇ ਮਹੱਤਵਪੂਰਨ ਗੱਲ ਕਰੀਏ ਖਾਸ ਗੱਲ ਕਰੀਏ ਤਾਂ ਖੁਦ 8 point ਅਚੀਵਰ ਨੇ ਔਰ ਇੱਥੇ ਬੱਚਿਆਂ ਨੂੰ ਸਟਿਮੂਲੇਟ ਕਰਨ ਵਿੱਚ ਬਹੁਤ ਹੈਲਪ ਕਰਦੇ ਆ ਪਹਿਲਾਂ ਸਵਾਗਤ ਕਰਾਂਗੇ ਫਿਰ ਕਰਾਂਗੇ ਗੱਲਾਂ ਬਾਤਾਂ ਬਹੁਤ ਨਿੱਘਾ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਮ ਅਸੀਂ ਜੇ ਬੱਚਿਆਂ ਦੀ ਗੱਲ ਕਰੀਏ ਕੰਗਾਰੂ ਅਬਰੋਡ ਬੱਚਿਆਂ ਦੀ ਖਿੱਚ ਦਾ ਕੇਂਦਰ ਪਿਛਲੇ 13 ਸਾਲਾਂ ਤੋਂ ਬਣਿਆ ਹੋਇਆ ਅਸੀਂ ਇੱਥੇ ਵੀ ਦੇਖ ਰਹੇ ਤੁਹਾਡੀ ਜਿਹੜੀ ਸਕਸੈਸ ਸਟੋਰੀਜ਼ ਨੇ 7 band 7.5 band ਬਣੇ ਹੋਏ ਆ ਤਾਂ ਉਹਦੇ ਬਾਰੇ ਬੱਚੇ ਜਿਹੜੇ ਹੁਣ ਕਈ ਵੇਲੇ ਕੁਝ ਐਕਸਾਈਟਿਡ ਵੀ ਆ ਹੋਲਡਿੰਗਸ ਨੂੰ ਦੇਖ ਕੇ ਤਾਂ ਕਈ ਵੇਲੇ ਬੱਚੇ ਕਨਫਿਊਜ਼ ਵੀ ਹੋ ਜਾਂਦੇ ਆ ਤਾਂ ਆਪਣਾ ਵਰਡਿਕਟ ਕਿਵੇਂ ਲੈਣ ਕੰਗਾਰੂ ਅਬਰੋਡ ਹੀ ਕਿਉਂ ਆ ਜਿੱਦਾਂ ਕਿ ਤੁਸੀਂ ਅੰਦਰ ਸਾਰਾ ਵਿਜ਼ਿਟ ਕਰਕੇ ਦੇਖ ਹੀ ਲਿਆ ਕਿ ਸਾਡੇ ਬੱਚਿਆਂ ਨੂੰ ਅਸੀਂ ਅਲੱਗ ਅਲੱਗ ਕਲਾਸਿਸ ਦਿੰਦੇ ਹਾਂ ਸਪੋਕਨ ਦੀ ਕਲਾਸਿਸ ਬਿਗਨਰਸ ਦੀ ਐਂਡ ਐਡਵਾਂਸ ਦੀ ਸਭ ਤੋਂ ਪਹਿਲਾਂ ਅਸੀਂ ਬੱਚੇ ਦਾ ਇਵੈਲੂਏਸ਼ਨ ਟੈਸਟ ਲੈਂਦੇ ਹਾਂ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਪਰਫਾਰਮੈਂਸ ਨੂੰ ਦੇਖ ਕੇ ਅਸੀਂ ਕਲਾਸਿਸ ਦੇ ਵਿੱਚ ਉਹਨਾਂ ਨੂੰ ਐਡਜਸਟ ਕਰਦੇ ਹਾਂ ਅਗਰ ਬੱਚਾ ਬਹੁਤ ਜ਼ਿਆਦਾ ਵੀਕ ਹੈ ਦੈਨ ਫਸਟ ਆਫ ਆਲ ਅਸੀਂ ਉਹਨਾਂ ਨੂੰ ਸ਼ਿਫਟ ਕਰਦੇ ਹਾਂ ਸਪੋਕਨ ਦੇ ਵਿੱਚ ਮਤਲਬ ਤੁਸੀਂ ਪ੍ਰੋਪਰ ਐਨਾਲਾਈਜ਼ ਕਰਦੇ ਹੋ ਜਦੋਂ ਬੱਚਾ ਇੱਥੇ ਆਉਂਦਾ ਪਰ ਮੈਮ ਕਈ ਵੇਲੇ ਨਾ ਅਸੀਂ ਦੇਖਦੇ ਹਾਂ ਕਿਉਂਕਿ ਇੱਕ ਤਰ੍ਹਾਂ ਦੀ ਮਾਨਸਿਕਤਾ ਬਣ ਜਾਂਦੀ ਹੈ ਮੈਂਟੈਲਿਟੀ ਬਣ ਜਾਂਦੀ ਹੈ ਜਿਹੜੇ ਬੱਚੇ ਉਹ ਮਨ 'ਚ ਆਪਣੀ ਇਨਹੈਬਿਲੀਟੇਸ਼ਨ ਕ੍ਰੀਏਟ ਕਰ ਲੈਂਦੇ ਆਪਣੇ ਕਮਜ਼ੋਰੀਆਂ ਆਪ ਪੈਦਾ ਕਰ ਲੈਂਦੇ ਉਹ ਇਹੀ ਸੋਚਦੇ ਆ ਕਿ ਯਾਰ ਪਹਿਲੀ ਵਾਰ ਤਾਂ ਬੈਂਡ ਆਉਣੇ ਨਹੀਂ ਚੱਲ ਦੂਜੀ ਤੀਜੀ ਵਾਰੀ ਤਜਰਬਾ ਕਰ ਲਾਂਗੇ ਉਸ ਤੋਂ ਬਾਅਦ ਬੈਂਡ ਆ ਜਾਣਗੇ ਉਹ ਜਿਹੜੇ ਬੱਚੇ ਡਰੇ ਹੋਏ ਆ ਉਹਨਾਂ ਦੇ ਅੰਦਰ ਇੱਕ ਐਂਜ਼ਾਇਟੀ ਹੈ ਇੱਕ ਡਰ ਬਣਿਆ ਹੋਇਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਉਹਨਾਂ ਨੂੰ ਫਸਟ ਆਫ ਆਲ ਮੋਟੀਵੇਟ ਕਰਨਾ ਚਾਹੂੰਗੀ ਆ TRF ਨਾਲ ਕਿ ਫਸਟ ਅਟੈਂਪਟ ਦੇ ਵਿੱਚ ਹੀ ਬੱਚਾ ਜਿਹੜਾ ਹੈ ਇੱਥੇ ਆ ਕੇ ਕਲੀਅਰ ਕਰੇ ਆਪਣਾ ਆਇਲਸ ਦਾ ਟੈਸਟ ਕੰਗਾਰੂ ਅਬਰੋਡ ਚ ਅਗਰ ਬੱਚਾ ਆਂਦਾ ਤਾਂ ਤੁਸੀਂ ਉਹਨੂੰ ਫਸਟ ਅਟੈਂਪਟ 'ਚ ਇੰਨਾ ਮੋਟੀਵੇਟ ਕਰਦੇ ਕੋਈ ਕਲੀਅਰ ਕਰ ਸਕਦਾ ਬਿਲਕੁਲ ਸਾਡੇ ਜਿਹੜੇ ਟ੍ਰੇਨਰਸ ਹੈ ਉਹ ਵੈਲ ਐਜੂਕੇਟਿਡ ਹੈ ਐਂਡ ਉਹਨਾਂ ਦੇ ਸਕੋਰਸ ਵੀ ਨਾਟ ਲੈਸ ਟ੍ਰੇਨਰਸ ਵੀ ਜਦੋਂ ਜੁਆਇਨ ਕਰਦੇ ਉਹਨਾਂ ਨੂੰ ਵੀ ਐਨਾਲਾਈਜ਼ ਕਰਦੇ ਹੋ ਯੈਸ ਆਫ ਕੋਰਸ ਵਾਈ ਨਾਟ ਅਸੀਂ ਫਸਟ ਆਫ ਆਲ ਉਹਨਾਂ ਦਾ ਡੈਮੋ ਲੈਨੇ ਆ ਖੁਦ
ਪਹਿਲਾਂ ਉਹਨਾਂ ਨੂੰ ਦੇਖਦੇ ਆ ਕਿ ਕਲਾਸ ਦੇ ਵਿੱਚ ਉਹ ਬੱਚਿਆਂ ਨੂੰ ਕਿੰਨਾ ਕੰਫਰਟੇਬਲ ਬਣਾ ਸਕਦੇ ਆ। ਉਹਨਾਂ ਦਾ IQ ਕੀ ਉਹ ਵੀ ਚੈੱਕ ਕੀਤਾ ਜਾਂਦਾ? ਬਿਲਕੁਲ, ਉਹਨਾਂ ਦਾ ਪਹਿਲਾਂ ਆਪ ਅਸੀਂ ਇੰਟਰਵਿਊ ਲੈਂਦੇ ਆ ਪ੍ਰੋਪਰਲੀ ਐਂਡ ਕਲਾਸ ਦੇ ਵਿੱਚ ਉਹਨਾਂ ਨੂੰ ਦੇਖਦੇ ਆ ਕਿ ਉਹ ਕਿਵੇਂ ਬੱਚਿਆਂ ਨੂੰ ਸਮਝਾਉਂਦੇ ਆ, ਉਹਨਾਂ ਦਾ ਕੀ ਐਕਸਪਲੇਨੇਸ਼ਨ, ਕਿਉਂਕਿ ਹਰ ਇੱਕ ਬੱਚੇ ਦੀ ਆਪਣੀ ਆਪਣੀ ਕੈਪੇਬਿਲਿਟੀਜ਼ ਆ। ਕਈ ਵੇਲੇ ਤੁਹਾਨੂੰ ਆਪਣੇ ਮਿਆਰ ਆਪ ਥੱਲੇ ਰੱਖਣਾ ਪੈਂਦਾ ਤਾਂ ਕਿ ਬੱਚਾ ਅੰਡਰਸਟੈਂਡ ਕਰ ਸਕੇ, ਕਈ ਵੇਲੇ ਤੁਸੀਂ ਸਿੱਧਾ ਐਡਵਾਂਸ ਨਹੀਂ ਹੋ ਸਕਦੇ, ਇਹੀ ਕਹਿਣਾ ਚਾਹੁੰਦੇ ਹੋ ਤੁਸੀਂ? ਬਿਲਕੁਲ, ਫਸਟ ਆਫ ਆਲ ਉਹੀ ਗੱਲ ਮੈਂ ਫੇਰ ਕਹਿਣਾ ਚਾਹੂੰਗੀ ਕਿ ਉਹਨਾਂ ਦਾ ਟੈਸਟ ਲੈ ਕੇ ਪਹਿਲਾਂ ਉਹਨਾਂ ਨੂੰ ਉਸੇ ਕਲਾਸ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਜਿਸ ਜਿੰਨੀ ਕੁ ਉਹਨਾਂ ਦੀ ਐਬਿਲਿਟੀ ਹੈ ਜਾਂ ਜਿੰਨੇ ਉਹ ਕੈਪੇਬਲ ਹੈ ਬੱਚੇ ਬੱਚੇ ਜਿੰਨੇ ਕੈਪੇਬਲ ਹੈ ਜੀ। ਅਤੇ ਮੈਮ ਤੁਸੀਂ ਦੱਸ ਰਹੇ ਸੀਗੇ ਕਿ ਇਹ ਬੈਂਡ ਜਿਹੜੇ ਸਕੋਰ ਕੀਤੇ ਆ ਇਹ ਪੁਰਾਣਾ ਰਿਜ਼ਲਟ ਹੈ? ਨਹੀਂ ਸਰ, ਇਹ ਬਿਲਕੁਲ ਅਪਡੇਟਡ ਹੁਣ ਦਾ ਰਿਜ਼ਲਟ ਹੈ, ਇਸ ਈਅਰ ਦਾ 2022 ਦਾ ਹੀ। ਠੀਕ ਹੈ ਜੀ, ਤੁਸੀਂ ਜਿੱਦਾਂ ਕਿ ਦੇਖ ਸਕਦੇ ਹੋ 7 ਬੈਂਡ ਆ ਵੀ 7 ਬੈਂਡ ਹੀ ਹੈ। ਹਾਂਜੀ ਸਰ, ਤਾਂ ਸੋ ਮੋਸਟਲੀ ਸਾਡੇ ਕੋਲ ਜਿਹੜੇ ਬੱਚੇ ਨੋਟ ਲੈਸ ਦੈਨ 7 6.5 ਐਨੇ ਤਾਂ ਬੱਚੇ ਹੈ ਜਿਹੜੇ ਅਚੀਵ ਕਰ ਰਹੇ ਆ ਸਾਡੇ ਕੋਲ। ਤਾਂ ਬਹੁਤ ਸਾਰੇ ਇਹਨਾਂ ਦੇ TRF ਇੱਥੇ ਮੌਜੂਦ ਆ ਜਿਨ੍ਹਾਂ ਵਿੱਚ 7, 6.5, 6.75 ਵੀ ਹੈਗੇ ਆ। ਹਾਂਜੀ। ਅੱਛਾ ਮੈਮ, ਜਿਹੜੇ ਬੱਚੇ ਪੰਜਾਬ ਬੋਰਡ ਤੋਂ ਆ, ਕਈ ਵੇਲੇ ਉਹਨਾਂ ਅੰਦਰ ਇੱਕ ਡਰ ਹੋਰ ਬਣਿਆ ਰਹਿੰਦਾ ਹੈ ਕਿ ਯਾਰ CBSE ਵਾਲੇ ਸਾਡੇ ਤੋਂ ਥੋੜ੍ਹੇ ਅੱਗੇ ਆ ਜੀ, ਜਿਹੜੇ ਪੰਜਾਬ ਬੋਰਡ ਦੇ ਬੱਚੇ ਇੱਥੇ ਆਉਂਦੇ ਆ ਉਹਨਾਂ ਦੇ ਡਰ ਨੂੰ ਫਿਰ ਕਿਵੇਂ ਦੂਰ ਕਰਦੇ ਹੋ? ਸਰ, ਉਹਨਾਂ ਲਈ ਪਹਿਲਾਂ ਸਪੈਸ਼ਲੀ ਗ੍ਰਾਮਰ ਕਲਾਸਿਸ ਹੁੰਦੀਆਂ, ਉਹਨਾਂ ਨੂੰ ਐਕਸਟਰਾ ਕਲਾਸਿਸ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ। ਅਗਰ ਉਹ ਬੱਚੇ ਦੇ ਇੱਕ ਰਿਕੁਆਇਰਮੈਂਟ ਹੈ ਕਿ ਸਾਨੂੰ ਅਲੱਗ ਤੋਂ ਕਲਾਸ ਚਾਹੀਦੀ ਹੈ, ਦੈਨ ਅਲੱਗ ਤੋਂ ਇੱਕ ਸੈਸ਼ਨਸ ਹੁੰਦੇ ਉਹਨਾਂ ਦੇ, ਸੋ ਉਹਨਾਂ 'ਤੇ ਪੂਰਾ ਫੋਕਸ ਕੀਤਾ ਜਾਂਦਾ, ਨਾ ਕਿ ਉਹਨਾਂ ਨੂੰ CBSE ਵਾਲੇ ਬੱਚਿਆਂ ਨਾਲ ਬਿਠਾ ਕੇ ਉਹਨਾਂ ਨੂੰ ਕੰਪੇਅਰ ਕੀਤਾ ਜਾਂਦਾ ਹੈ ਕਿ ਤੁਸੀਂ ਡਲ ਹੈ ਅਤੇ ਉਹ ਇੰਟੈਲੀਜੈਂਟ ਹੈ। ਮਤਲਬ ਤੁਸੀਂ ਪ੍ਰੋਪਰ ਇੱਕ ਪ੍ਰੋਵੀਜ਼ਨ ਬਣਾਉਂਦੇ ਹੋ, ਬਿਲਕੁਲ, ਬੱਚਾ ਜਿਹੜਾ ਵੀਕ ਹੈ ਉਹਨੂੰ ਗ੍ਰਾਮਰ ਕਲਾਸਿਸ ਵੀ ਸਪੈਸ਼ਲ ਦਿੰਦੇ ਹੋ। ਮੈਂ ਦੇਖ ਕੇ ਅੰਦਰ ਅਸੀਂ ਪਹਿਲਾਂ ਵੀ ਔਡੀਅੰਸ ਨੂੰ ਦਿਖਾਈ ਦਿੱਤਾ, ਬਿਗਨਰਸ ਕਲਾਸ ਅਲੱਗ ਹੈ, ਐਡਵਾਂਸ ਕਲਾਸ ਅਲੱਗ ਹੈ, ਪਰ ਮੈਂ ਉਹਦੇ ਲਈ ਤੁਹਾਡੀ ਤਾਰੀਫ ਵੀ ਕਰਨਾ ਚਾਹੁੰਦਾ ਸੀ। ਐਡਵਾਂਸ ਕਲਾਸ ਜਾ ਕੇ ਆਏ, ਬੱਚੇ ਬਹੁਤ ਅੱਛੀ ਡਿਬੇਟ ਕਰ ਰਹੇ ਸੀ, ਬਿਗਨਰ ਕਲਾਸ ਵਿੱਚ ਵੀ ਬੱਚੇ ਟੀਚਰ ਨੂੰ ਬੜੇ ਧਿਆਨ ਨਾਲ ਸੁਣ ਰਹੇ ਸੀ, ਸੰਜੀਦਗੀ ਨਾਲ ਸੁਣ ਰਹੇ ਸੀ, 1-to-1 ਸੈਕਸ਼ਨ ਦੇਖਿਆ ਉਹ ਵੀ ਬੜਾ ਇੰਪ੍ਰੈਸਿਵ ਹੈ। ਤਾਂ ਮਨ ਇੱਕ ਵਾਰੀ ਖੁਸ਼ ਹੁੰਦਾ ਕਿ ਇਉਂ ਲੱਗਦਾ ਕਿ ਬੱਚੇ ਨੂੰ ਆਪਾਂ ਸਹੀ ਜਗ੍ਹਾ 'ਤੇ ਭੇਜ ਰਹੇ, ਜੇ ਅਸੀਂ ਪੈਸਾ ਖਰਚ ਰਹੇ ਹਾਂ ਤਾਂ ਬੱਚੇ ਨੂੰ ਉਹਦੇ ਬਦਲੇ ਰਿਜ਼ਲਟ ਵੀ ਮਿਲ ਰਿਹਾ। ਪਰ ਮੈਡਮ ਇੱਕ ਗੱਲ ਮੈਨੂੰ ਹੋਰ ਬੜੀ ਚੰਗੀ ਲੱਗੀ, ਕਿਉਂਕਿ ਜਦੋਂ ਅਸੀਂ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਮੈਂ ਦੇਖਿਆ ਤੁਸੀਂ ਬੱਚਿਆਂ ਦਾ ਫੋਨ ਵੀ ਇੱਥੇ ਰੱਖਿਆ ਹੋਇਆ ਸੀ, ਬੱਚਿਆਂ ਨੂੰ ਫੋਨ ਵੀ ਨਹੀਂ ਦਿੰਦੇ? ਨਹੀਂ ਸਰ, ਅਸੀਂ ਬਿਲਕੁਲ ਨਹੀਂ। 9 ਵਜੇ ਜਦੋਂ ਬੱਚਾ ਇੱਥੇ ਐਂਟਰ ਹੋ ਜਾਂਦਾ ਸਾਡੇ ਕੋਲ, ਬੱਚੇ ਦਾ ਫੋਨ ਸਾਡੇ ਕੋਲ ਸਬਮਿਟ ਹੋ ਜਾਂਦਾ, ਦੈਨ ਉਹਨਾਂ ਨੂੰ ਲੰਚ ਟਾਈਮ ਜਾਂ ਫਿਰ ਜਦੋਂ ਉਹ ਇੱਥੋਂ ਇੰਸਟੀਚਿਊਟ ਤੋਂ ਨਿਕਲਦੇ ਨੇ ਬਾਹਰ, ਉਸੇ ਟਾਈਮ ਅਸੀਂ ਉਹਨਾਂ ਨੂੰ ਫੋਨ ਪ੍ਰੋਵਾਈਡ। ਮਾਤਾ ਪਿਤਾ ਨਾਲ ਕਿਵੇਂ ਤਾਲਮੇਲ ਬਣਾ ਕੇ ਰੱਖਦੇ ਹੋ? ਅਸੀਂ ਉਹਨਾਂ ਨੂੰ ਆਪਣਾ ਕੰਟੈਕਟ ਨੰਬਰ ਦਿੱਤਾ ਹੋਇਆ ਆਫਿਸ ਦਾ, ਉਹ ਸਿੱਧਾ ਸਾਨੂੰ ਡਾਇਰੈਕਟਲੀ ਕੰਟੈਕਟ ਕਰਦੇ ਆ। ਅਗਰ ਬੱਚਾ ਛੁੱਟੀ ਤੇ ਵੀ ਹੈ, ਦੈਨ ਅਸੀਂ ਤਾਂ ਵੀ ਉਹਨਾਂ ਦੇ ਪੇਰੈਂਟਸ ਨੂੰ ਕਾਲ ਕਰਕੇ ਪੁੱਛਦੇ ਆ ਕਿ ਤੁਹਾਡਾ ਬੱਚਾ ਅੱਜ ਨਹੀਂ। ਮਾਤਾ ਪਿਤਾ ਬਹੁਤ ਵਰਿਡ ਰਹਿੰਦੇ ਨੇ ਅਗਰ ਬੱਚਾ ਪ੍ਰੋਗਰੈਸ ਨਹੀਂ ਕਰ ਰਿਹਾ, ਫਿਰ ਤਾਂ ਵੀ ਮਾਤਾ ਪਿਤਾ ਨੂੰ ਇੰਟੀਮੇਟ ਕਰਦੇ ਹੋ? ਜੀ ਬਿਲਕੁਲ, ਅਸੀਂ ਹਰ ਇੱਕ ਮੌਕ ਟੈਸਟ ਤੋਂ ਬਾਅਦ ਵਿੱਚ ਜਿਹੜਾ ਬੱਚਾ ਡੇਲੀ ਬੇਸਿਸ ਤੇ ਨਹੀਂ ਆਪਣਾ ਕਰ ਰਿਹਾ, ਪ੍ਰੋਗਰੈਸ ਸ਼ੋਅ ਨਹੀਂ ਕਰ ਰਿਹਾ, ਦੈਨ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਇੱਥੇ ਸਪੈਸ਼ਲੀ ਬੁਲਾਉਂਦੇ ਹਾਂ ਜਾਂ ਫਿਰ ਉਹਨਾਂ ਨੂੰ ਫੋਨ ਦੇ ਉੱਤੇ ਉਹਨਾਂ ਨੂੰ ਦੱਸਦੇ ਹਾਂ ਕਿ ਤੁਹਾਡਾ ਬੱਚੇ ਦੀ ਇਹ ਪਰਫਾਰਮੈਂਸ ਹੈਗੀ ਹੈ ਇਸ ਟਾਈਮ 'ਚ। ਰਜਿੰਦਰ ਜੀ ਨਾਲ ਮੇਰੀ ਗੱਲਬਾਤ ਹੋਈ ਸੀ, ਉਹਨਾਂ ਨੇ ਦੱਸਿਆ ਸੀ ਕਿ ਮੌਕ ਟੈਸਟ ਵਿੱਚ ਇੱਕ ਨਵੀਂ ਆਫਰ ਲੈ ਕੇ ਆਏ, ਨਵੀਂ ਓਪਰਚੁਨਿਟੀ ਲੈ ਕੇ ਆਏ, ਜਿਹੜੇ ਬੱਚੇ ਇੱਥੇ ਨਹੀਂ ਵੀ ਪੜ੍ਹਦੇ ਜੀ, ਉਹ ਕਿਹੜੀ ਓਪਰਚੁਨਿਟੀ ਆ? ਸਰ, ਉਹ ਇਹ ਓਪਰਚੁਨਿਟੀ ਹੈ, ਕਈ ਵਾਰ ਬੱਚਾ ਹੁੰਦਾ ਹੈ ਕਿ ਘਰ ਬੈਠ ਕੇ ਤਿਆਰੀ ਕਰ ਰਿਹਾ ਜਾਂ ਕਿਸੇ ਹੋਰ ਇੰਸਟੀਚਿਊਟ ਦੇ ਵਿੱਚ ਕਰ ਰਿਹਾ, ਦੈਨ ਉਹ ਆਪਣੀ ਕੈਪੇਬਿਲਿਟੀ ਚੈੱਕ ਕਰਨਾ ਚਾਹੁੰਦਾ ਹੈ ਕਿ ਕਿਆ ਮੈਂ ਆਪਣੇ ਐਗਜ਼ਾਮ ਲਈ ਤਿਆਰ ਹਾਂ। ਸੋ ਅਸੀਂ ਉਹ ਪ੍ਰੋਵੀਜ਼ਨ ਜਿਹੜੀ ਹੈ ਪ੍ਰੋਵਾਈਡ ਕਰ ਰਹੇ ਹਾਂ ਬੱਚਿਆਂ ਨੂੰ, ਉਹਨਾਂ ਨੂੰ ਕਿ ਉਹ ਇੱਥੇ ਆ ਕੇ ਸੈਟਰਡੇ ਨੂੰ ਮੌਕ ਟੈਸਟ ਦੇ ਸਕਦੇ ਆ ਫ੍ਰੀ ਆਫ ਕਾਸਟ। ਤਾਂ ਮਤਲਬ ਜਿਹੜੇ ਬੱਚੇ ਕਿਸੇ ਹੋਰ ਆਇਲਸ ਸੈਂਟਰ ਵੀ ਪੜ੍ਹ ਰਹੇ ਆ, ਥੋੜ੍ਹੇ ਨਮੋਸ਼ੀ ਦਾ ਆਲਮ ਹੈ, ਬੱਚਿਆਂ ਨੂੰ ਲੱਗ ਰਿਹਾ ਕਿ ਉਹ ਉੱਥੇ ਸੈਟਿਸਫਾਈਡ ਨਹੀਂ ਹੈ, ਤਸੱਲੀ ਨਹੀਂ ਹੈ, ਹਾਲਾਂਕਿ ਅਸੀਂ ਕਿਸੇ ਨੂੰ ਨਿੰਦਦੇ ਨਹੀਂ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਕਿਸੇ ਦੇ ਪੈਰ ਨਹੀਂ ਮਿੱਧਦੇ, ਲੇਕਿਨ ਅਗਰ ਤੁਸੀਂ ਦੂਜੀ ਜਗ੍ਹਾ ਇੱਕ ਆ ਕੇ ਹੋਰ ਓਪਰਚੁਨਿਟੀ ਨੂੰ ਗ੍ਰੈਬ ਕਰਨਾ ਚਾਹੁੰਦੇ ਹੋ, ਕਿਉਂਕਿ ਆਪਾਂ ਕਈ ਵੇਲੇ ਕੰਪੈਰੀਜ਼ਨ ਵੀ ਕਰ ਲੈਂਦੇ ਹਾਂ, ਤਾਂ ਅਗਰ ਤੁਸੀਂ ਦੂਜੀ ਜਗ੍ਹਾ ਆਉਣਾ ਚਾਹੁੰਦੇ ਹੋ, ਕੰਗਾਰੂ ਅਬਰੋਡ ਵੇਖੇ, ਤੁਸੀਂ ਸੈਟਰਡੇ ਦੇ ਸੈਟਰਡੇ ਆ ਕੇ ਫ੍ਰੀ ਵਿੱਚ ਮੌਕ ਟੈਸਟ ਦੇ ਸਕਦੇ ਹੋ, ਆਪਣੀ ਇਵੈਲੂਏਸ਼ਨ ਕਰਵਾ ਸਕਦੇ ਹੋ ਔਰ ਐਕਸਪਰਟ ਐਡਵਾਈਸ ਲੈ ਸਕਦੇ ਹੋ। ਜੀ ਬਿਲਕੁਲ। ਸੋ ਇਸ ਸਮੇਂ ਕੰਗਾਰੂ ਅਬਰੋਡ ਦੇ MD ਸਰਦਾਰ ਰਜਿੰਦਰ ਸਿੰਘ ਜੀ ਸਾਡੇ ਨਾਲ ਨੇ। ਰਜਿੰਦਰ ਸਿੰਘ, ਉਹਨਾਂ ਬਾਰੇ ਜਦੋਂ ਅਸੀਂ ਰਿਸਰਚ ਕਰਦੇ ਹਾਂ ਤਾਂ ਮਾਰਕੀਟ ਤੋਂ ਹੀ ਪਤਾ ਚੱਲਦਾ ਕਿ ਬੜੇ ਇਮਾਨਦਾਰ, ਬੜੇ ਨੇਕ ਦਿਲ ਔਰ ਬੜੇ ਠੰਡੇ ਸੁਭਾਅ ਦੇ ਮਾਲਕ ਨੇ। ਤਾਂ ਰਜਿੰਦਰ ਜੀ, ਬਹੁਤ ਨਿੱਘਾ ਸਵਾਗਤ ਹੈ ਔਰ ਨਾਲ ਦੀ ਨਾਲ ਬਹੁਤ ਸਾਰੀਆਂ ਮੁਬਾਰਕਾਂ, ਕਿਉਂਕਿ ਆਇਲਸ ਸੈਂਟਰ ਤੁਹਾਡਾ ਦੇਖ ਲਿਆ, ਇਮੀਗ੍ਰੇਸ਼ਨ ਕੰਸਲਟੈਂਸੀ ਦਾ ਆਫਿਸ ਦੇਖ ਲਿਆ, ਰੂਹ ਖੁਸ਼ ਹੁੰਦੀ ਹੈ ਔਰ ਬੜਾ ਚੰਗਾ ਲੱਗਿਆ ਕਿ। ਧੰਨਵਾਦ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਅਤੇ ਤੁਹਾਡਾ ਇੱਥੇ ਆਉਣ 'ਤੇ ਬਹੁਤ ਨਿੱਘਾ ਸਵਾਗਤ ਕਰਦੇ ਹਾਂ। 13 ਸਾਲ ਹੋ ਗਏ ਜੀ ਤੁਹਾਨੂੰ, ਪਹਿਲਾਂ ਮੇਰਾ ਖਿਆਲ ਬੱਸ ਅੱਡੇ ਦੇ ਸਾਹਮਣੇ ਸੀ,
ऑफिस में सेटअप किया जी असी देखे भी जी और मेरे ख्याल तुसी कामयाब भी हो सफल भी हो बच्चों मिले हैं बच्चों नू डिबेट्स करते देखे बच्चों नू स्पोकन क्लास लेंदे देखे तो तसली होंगी कि बच्चे सही हत्थां विच है बिल्कुल जी असी पूरी ऑनेस्टी नाल बड़ी इमानदारी दे नाल असी देखो बच्चों का अपना साडा मनोरथ यही है कि बच्चों का अपना कैरियर नू बिल्ड करना है जी उन्होंने चंगा फ्यूचर देना है तो उन्होंने जिस भी कंट्री चो सैटल होना चाहते हैं चाहे वह चंगे जीवन की आस के लिए वह बाहर जाते हैं तो यही साडा मनोरथ है कि उन्होंने उन्होंने कैरियर में इनहेंस किया जाए जे आप राजेंद्र जी गल करिए चाहे अमीर है चाहे गरीब चाहे कोई दरम्यानवे परिवार का उन्होंने हुण चाहत विदेश जाना ही है और इस समय यूके बहुत खिच का केंद्र बनया है बहुत लोगों को अट्रैक्ट कर रहा बहुत सारे बच्चे के मन में डर है कि सितंबर इनटेक निकल गया जिन्हें मन में डर है कि सितंबर इनटेक निकल गया उन्होंने कोई थोड़े को महत्वपूर्ण जो सुझाव है नहीं जी सितंबर टेक हजे बहुत सारिया सीटा साढ़े को अवेलेबल है स्टूडेंट हमने कंगारू अब्रॉड के ऑफिस विजिट करना चाहिए जी सितंबर सैशन हजे पूरी तरह अवेलेबल है हजे 9.8-10 दिन है तो तुम जो मर्जी ऑफिस विजिट करो तो अपने प्रोसैस कर सकते हो जी यूके का विद और विदाउट आयल्स का की प्रोविजन है जी की प्रोसैस है देखो विदाउट आयल्स तो विद आयल्स ये वखरा की है जी ते देखो जे आपां पंजाब स्कूल एजुकेशन बोर्ड तो सिक्ख्या लई आ प्लस टू की तां यूके सानू आइलस वेव ऑफ कर रहा ना कि इंग्लिश वेव ऑफ कर रहा तो सो इसलिए सानू ये समझना बहुत जरूरी है कि घट्टो घट 75-80% मार्क्स जो प्लस टू इंग्लिश सबजैक्ट है वो स्टूडेंट्स बिना आइलस तो अपलाई कर सकते हैं जी तो बहुत महत्वपूर्ण सर ने गल कही है कि जे जिहड़ा यूके आ उसानू आयल्स वेव ऑफ कर रहा है ना कि इंग्लिश लैंग्वेज विच वेव ऑफ कर रहा है इंग्लिश लैंग्वेज तो 65% में मार्क्स जो जरूर चाहिए हैं बिल्कुल जी सीबीएसई दे विच 65% ते पंजाब बोर्ड च किने चाहिए जी 75-80% जी 75-80% फिर विदाउट आयल्स आ अदरवाइज नहीं आ तो यह बहुत महत्वपूर्ण सर ने गल की जिन्होंने कन्फ्यूजन है वो क्लीयर किया डिफरेंशिएट जो दस दिता विद और विदाउट आयल्स की है सर जाते जाते मैंने पता बाहर लोग वेट कर रहे थोड़ा मिलने लिए आस्ट्रेलिया की खास है इस समय क्योंकि सुनने चाहिए कि आस्ट्रेलिया खुल भी गया और PR भी हूँ मिलेगी बिल्कुल जी आस्ट्रेलिया ने अपने दरवाजे स्टूडेंट्स लिए ओपन कर दिए ने जी आस्ट्रेलिया एक साड़ी इमीग्रेशन इंडस्ट्री का एक हॉट प्रोडक्ट आ कैनेडा तो बाद बहुत सारे स्टूडेंट जड़े आ आस्ट्रेलिया नू कूच करते तो हर एक का सुपना है कि आस्ट्रेलिया जावा मैं उत्थे जाके सैटल होवा आस्ट्रेलिया जी बहुत वधिया वीज़ा इस टाइम आ रहा जी तो हर एक स्टूडेंट नू यही कहने जिन्हां दे ओवरऑल 6 बैंड है तो कैनेडा का वीज़ा रीजनल का रिफ्यूज़ हो चुके हैं 6 सीज जिन्होंने कैनेडा फाइल पहले लगाई रिफ्यूज़ हो चुके हैं निराश हो चुके हैं वो स्टूडेंट्स आस्ट्रेलिया वास्ते या यूके वास्ते अपलाई कर सकते हैं जी चलो ये भी वड्डी गल की है कि जी जिन्हों का कैनेडा वाल रिफ्यूज़ लग चुका है तो आस्ट्रेलिया के लिए हुण उन्होंने जिहड़े रस्ते खुल गए तो उधर रुख कर सकते तो तुसीं चंडीगढ़ रोड से राजा हॉस्पिटल के बिल्कुल नज़दीक है जी लेकिन चंडीगढ़ रोड से कंगारू अब्रॉड का ऑफिस है उत्थे आके राजेंद्र सर मिल सकते हैं तुहानूं अच्छी एडवाइस देणगे बेस्ट एडवाइस देणगे 13 साल का वड्डा तजर्बा है सर जाते जाते एक सवाल बहुत जरूरी है क्योंकि आज मैं देखा कि बच्चों बहुत अच्छे तरीके जो ट्रेन किया जा रहा है रूह खुश होंगी है वो चार्जस की है नॉमिनली ने कि थोड़े ज़्यादा नहीं नॉमिनल चार्ज आ गरीब विद्यार्थियों लिए असी खास स्पैशल उन्होंने फिर उसका पैमाना की है कि गरीब है जो सची सचियों गरीब है कि गरीब की ढोंग हो रहा है जी हाँ जी कई बार तो रेफरेंस लैके साडे को आंदे कई स्टूडेंट तो सानू पता हुंदा चलो जिहड़े उन्हां नू इत्थे लैके आंदे आ साडे कोल साडे फ्रेंड तो वह दसदे आ वी इन्हां दी चलो इकनोमिकली काफ़ी वीक ने तो उन्हां दी आपां पूरी तरह हैल्प करदे आ जी मदद करदे आ चलो सर बहुत शुक्रिया इन्ना समा कढ़िया उम्मीद है कि जिहड़े घर बैठे दर्शक देख रहे उन्हां तक ढुकवीं जानकारी जिहड़ी पहुँच गई है तुसीं आयल्स करना चाहुंदे हो आयल्स अच्छे बैंड अचीव करना चाहुंदे हो तां वी कंगारू अब्रॉड दा दरवाज़ा खुल्ला है तुसीं यूके जाना चाहुंदे हो कैनेडा तो तुहाडी फाइल रिफ्यूज़ हो गई है जां रिफ्यूज़ नहीं हो फ्रैश फाइल है तुसी कैनेडा लगवाना चाहते हो आस्ट्रेलिया लगवाना चाहते हो तो तुसी कंगारू अब्रॉड विखे आके राजेंद्र सर तो इन्हें पूरी टीम तो जी इन्हें वालों एडवाइस ले सकते हो सलाह ले सकते हो और फाइल इतों ही तुसी लगाओगे तो चांसिस बहुत ने कि तुहाडा वीजा आएगा बिल्कुल जी 100% मैं तुहाडा विश्वास ते साडी जिहड़ी पूरी टीम आ बड़ी इमानदारी दे नाल तुहाडे जिहड़ा केस आ जिहड़ी तुहाडी प्रोफाइल उत्ते वर्क करदी है तो साडा मेन निशाना ही है भी तुहानू तुहाडी मंजिल ते पहुँचाया जाए तो चलो उम्मीद करते हैं कि जो तुहाडी डेस्टिनेशन है जो तुहाडा निशाना है उहदे ते राजेंद्र जी तुहानू पहुँचाने विच कामयाब हो सर समा कढ़िया बहुत बहुत शुक्रिया शुक्रिया जी धन्यवाद जी